ਹੈ ਹੁੰਦਾ ਜੀ ਗੁਰਦੁਆਰਾ ਸਿੱਟੇ ਜੰਨਾ ਦੇਗਾਂ ਲਿਓ ਨਾ ਲੋ ਮੱਛਾ ਕੋਈ ਦੇਗ ਨਹੀਂ ਕੋਈ ਮੱਛਾ ਨਹੀਂ ਅੰਦਰ ਹੀ ਰੱਬ ਆ ਹੁਣ ਮੂਵੀ ਵੀ ਬਣ ਗਈ ਤੇ ਫੋਟੋ ਦਾ ਵੀ ਲਿਖਿਆ ਗੁਰੂ ਬਾਬਾ ਰੱਖਾ ਜੀ ਅਸੀਂ ਆਪ ਕਰ ਲਾਂਗੇ ਤਖਤਾਂ ਤੇ ਕਿਸੇ ਦਾ ਜੀ ਨਹੀਂ ਕਰਦਾ ਕੱਲਣ ਨੂੰ ਇਹ ਬਾਬੇ ਨੂੰ ਤਖਤਾਂ ਤੇ ਫੜਾਵਾਂਗੇ ਬਾਬਾ ਆਪ ਕਰ ਲੂਗਾ ਤਖਤ ਵਾਲੇ ਕੋਲ ਆ ਜਾਓ ਜੀ ਨੇ ਨੱਚਣਾ ਖੰਡੇ ਦੀ ਧਾਰ ਤੇ ਬੋਲੇ निशानिया गुरु नानक जी तेन गुरु नानक दस बहुत वीरवार कौन मलेरकोट दस तो अखा च कौन दस बार की लग्या दूजा भी दस दे संग तेन पता लग गई तेन तो दिन ही आना कौन की लगे मेरे बाजा वो दस दिन तेन पता लगे भुलेखे च ना रह जाना हजे की लगे मेरे सिर ते की लगे दस लगे अज तो मैं खूंजे लाता अच्छा की करता अच्छा नहीं सी उसे इन्होंने घरे पैरा बढ़ गया था आवाज नहीं ताज हम मरन गए ना जी जी अपनी निंदा कर थले कुछ नहीं रह गया ना हम इन संगत मुक्त करी है जी चार थले अज नहीं खड़ी कोने मोने आए थे इतने मत्था टेकन किन्ना डर पाया थोड़ी नंगे आ गए बड़ा दसी जाती है ताज लगे आवाज आनू दींदा नहीं तीजा होर बोलन गए भी दसन गए इन्नी गल कहनी सौड़ा ग्रंथ जो तो बाद दुबारे प्यो आ गए इन्हों का निकल निकल हाँ करिए भला तेरा कोई नुकसान करता इन्हों का ਬਹੁਤ ਨੁਕਸਾਨ ਕੀਤੇ ਬਹੁਤ ਕਰਤੇ ਅੱਜ ਕੀ ਕਰਕੇ ਆਇਆ ਕੀਤਾ ਅੱਜ ਵੀ ਮਕੀਨੇ ਦੇ ਥੱਲ ਕੇ ਆਇਆ ਮਸ਼ੀਨਰੀ ਪੈ ਰਹਿ ਨਹੀਂ ਸੀ ਉੱਥੇ ਮੇਰਾ ਪੈਰਾ ਬਾਬਾ ਨਾਲ ਕਿਤੇ ਬਹੁਤ ਚੀਜ਼ਾਂ ਵਾੜ ਦਿੰਦਾ ਸੀ ਮੈਂ ਅੱਛਾ ਹੁਣ ਨਹੀਂ ਵਰਦੀਆਂ ਹੁਣ ਨਹੀਂ ਵਰਦੀਆਂ ਹੁਣ ਨਹੀਂ ਵਰਦੀਆਂ ਹੁਣ ਕਿਹਦਾ ਪੈਰਾ ਫਿਰ ਇਹਨਾਂ ਦੇ ਘਰੇ ਹਾਂ ਆਹ ਦੇਖ ਲਓ ਆਹ ਦੱਸੀ ਜਾਂਦੇ ਜਿਹਦੇ ਘਰੇ ਜਾ ਵੜਦਾ ਹਜੇ ਲੋਕਾਂ ਰੱਖ ਦਿੰਦੇ ਬਾਬਾ ਵੀ ਗੇੜੇ ਕੱਢਦਾ ਫਿਰ बहुत जाने कौन किन्ने जाने हो ਹੁਣ ਕਿੱਧਰ ਜਾਓਗੇ ਦਸ ਦਿਨ ਇੱਧਰ ਚਾਰ
ਜਰਦਾ ਪਿਓ ਜਰਦਾ ਹੈ ਜਿੱਤਾ ਮੁਕਤੀ ਲੈ ਲਓ ਫਿਰ ਉਹਦੇ ਵੀ ਗੁਰੂ ਨੇ ਕਰੀ ਹੁਣ ਫਿਰ ਆ ਗਏ ਬੁਰਾ ਕਿਹੜਾ ਫਿਰ ਮੌਲੀਆਂ ਕੋਲ ਲੈ ਜਾਈਏ ਮੁਕਤੀ ਦੇ ਦੇਣਗੇ ਸਾਨੂੰ ਫਿਰ ਫਿਰ ਹੁਣ ਕਿੱਥੇ ਜਾਊਂਗੇ ਭੱਜ ਕੇ ਖਾਤਮਾ ਹੀ ਕਰਦੇ ਕਦੋਂ ਚੌਦਾਂ ਲੱਖੀ ਦਾ ਇੱਕੀ ਕਦ ਖੜਾ ਕਰ ਖਾਤਮਾ ਹੋ ਗਿਆ ਅੱਖਾਂ ਅੱਗੇ ਵੀ ਨਹੀਂ ਉੱਗੜਦੀਆਂ ਲੋਕਾਂ ਨੂੰ ਇਹਨਾਂ ਨੂੰ ਅੱਖਾਂ ਹੀ ਬੀਂਦਾ ਗਿਆ ਸਾਡਾ ਕੰਮ ਉਦੋਂ ਹੀ ਕਮਰੇ ਹੋ ਜਾਂਦੇ ਪਹਿਲਾਂ ਪਹਿਲਾਂ ਨਾ ਬੀਂਦਾ ਇੱਥੇ ਪੰਜ ਪਿਆਰੇ ਆਏ ਸੀਗੇ ਜੀ ਕਿਹੜਾ ਗੱਦੀ ਲਾ ਲਓ ਦੱਸੋ ਕਿਹੜੀ ਗੱਦੀ ਨੂੰ ਲਿਆਓ ਪੰਜ ਪਿਆਰਿਆਂ ਨੂੰ ਹਾਂ ਮੱਥਾ ਦੇ ਕੇ ਤਿੰਨ ਵਾਰੀ ਥੱਲੇ ਹੱਥ ਜੋੜ ਹੱਥ ਬਣ ਕੇ ਹੱਥ ਬਣ ਕੇ ਕਰ ਬਾਬਾ ਨਾਨਕ ਗੁਰੂ ਗੋਬਿੰਦ ਸਿੰਘ ਸਾਡੀ ਮੁਕਤੀ ਕਰੋ ਬੋਲ ਗੁਰੂ ਸਾਡੀ ਮੁਕਤੀ ਕਰੋ ਖੜਾ ਖੜਾ ਤਿੰਨ ਜਾਣੇ ਹੋ ਬੋਲੇ ਸੋ ਨਿਹਾਲ ਬੋਲੇ ਸੋ ਨਿਹਾਲ ਬੋਲੇ ਸੋ ਨਿਹਾਲ ਬੋਲੇ ਸੋ ਨਿਹਾਲ ਚਾਹ ਪੀਣੀ ਹੈ ਚਾਹ ਪੀ ਲਓ ਜੀ ਸੰਗਤ ਨੇ ਲੰਗਰ ਛਕਣਾ ਲੰਗਰ ਛਕ ਲਓ ਫਿਰ ਬਹਿ ਕੇ ਗਿਆਨ ਹੋਰ ਕਰਾਉਣੇ ਸੰਗਤਾਂ ਮੁਕਤਾ ਜੀ ਰੋਜ਼ ਹੀ ਵੇਖਦੇ ਰਹਿੰਦੇ ਨਵੇਂ ਨੂੰ ਪਤਾ ਲੱਗੇ ਨਾ ਜਿਹੜਾ ਕਹਿੰਦੇ ਬਾਬਾ ਨਾਨਕ ਬਣਿਆ ਕਿਵੇਂ ਉਹਨੂੰ ਬਿਖਾਉਣਾ ਤੂੰ ਵੀ ਆ ਕੇ ਵੇਖ ਲਾ ਆਉਣਾ ਜੀ ਉਹਨੂੰ ਡਾਕਟਰਾਂ ਬੁਰਾ ਮੂੰਹ ਸੱਜ ਜਾਂਦੇ ਉਹਨਾਂ ਦੇ ਡਾਕਟਰ ਦਵਾਈਆਂ ਦੇਈ ਜਾਂਦੇ ਕਿਸੇ ਨੂੰ ਪੀਲੀਆ ਹੋ ਜਾਂਦਾ ਕਿਸੇ ਨੂੰ ਫੇਰ ਬਣਾ ਮਰਜ਼ੀ ਫੜਾ ਉਹਦੇ ਬਾਅਦ ਲਿਖਿਆ ਹੋਇਆ ਚਾਰ ਸਾਲ ਤਾਂ ਅਸੀਂ ਵੀ ਡਰਦੇ ਸੀਗੇ ਜਿੱਥੇ ਮਰਜ਼ੀ ਘੱਲਦੇ ਨੀ ਮੈਂ ਦੇ ਕੇ ਆਊਂਗਾ ਗੁਰਦੁਆਰਿਆਂ ਦੇ ਬਾਰਾਂ 'ਚ ਲਾ ਕੇ ਆਊਂਗਾ ਸਾਨੂੰ ਤਾਂ ਡਰ ਲੱਗ ਤਖਤ ਵਾਲਿਆਂ 'ਚ ਚਾਰਾਂ ਤਖਤਾਂ 'ਚ ਫੋਟੋ ਲਾ ਕੇ ਆਊਂਗਾ ਵੀ ਲਿਖਿਆ ਨਾਲੇ ਅੰਤ ਵੱਧ ਵਾਰ ਤੁਹਾਨੂੰ ਡਰ ਲੱਗਦਾ ਤਾਂ ਕਿਸੇ ਕਮਜ਼ੋਰ ਨਾ ਰਹਿ ਗਿਆ ਦੱਸਦੇ ਵੀ ਉਹ ਲਈ ਜਾਣ ਸਾਹਿਬ ਜਿਹੜਾ ਭੱਜਦੇ ਸੀ ਉਹ ਤਾਂ ਆਪਾਂ ਬਣਾਇਆ ਸੁਰਤ ਨਰਸਨ ਜੀ ਦਾ ਸੁਰਤ ਦਰਸਨ ਗੁਰੂ ਗੋਬਿੰਦ ਸਿੰਘ ਦਾ ਇਹ ਤਾਂ ਆਪਾਂ ਬਣਾਇਆ ਸਾਰਾ ਕੁਛ ਲੈ ਫਿਰ ਮੂਵੀ ਬਣੀ ਆ ਉਹਦੇ 'ਚ ਵੀ ਸਾਰਾ ਕੁਛ ਹੀ ਆ ਮੂਵੀ ਘੱਲ ਦਿਓ ਉਹਨਾਂ ਕੋਲ ਘਰੇ ਜਾ ਉਡਾਂਗੇ ਆਪਾਂ ਜਾ ਉਡਾਂਗੇ ਠੀਕ ਆ ਤੂੰ ਕਿਹਾ ਬੱਚਾ ਆਇਆ ਕਿ ਨਹੀਂ ਆਇਆ ਮੁੰਡੇ ਦੇ ਵੀ ਕਰਿਓ ਜੀ